ਬਾਈ ਕਰਨ ਔਜਲਾ ਤੇ ਬਾਈ ਸਿੱਧੂ ਮੂਸੇਵਾਲਾ 31 ਅਕਤੂਬਰ 2019 ਪਤਾ ਨਹੀਂ ਵੈਸੇ ਮੈਂ ਵੀਡੀਓ ਕਿਉਂ ਬਣਾ ਰਿਹਾ ਮੇਰਾ ਮਨ ਕੀਤਾ 31 ਅਕਤੂਬਰ 2019 ਚ ਮੇਰੀ ਕਰਨ ਔਜਲੇ ਵੀਰੇ ਨਾਲ ਵੀ ਗੱਲ ਹੋਈ ਇੰਸਟਾਗ੍ਰਾਮ ਤੇ ਚੈਟ ਤੁਹਾਡੇ ਮੂਹਰੇ ਆ ਤੇ 31 ਅਕਤੂਬਰ 2019 ਨੂੰ ਮੇਰੀ ਸਿੱਧੂ ਬਾਈ ਨਾਲ ਵੀ ਗੱਲ ਹੋਈ ਚੈਟ ਤੁਹਾਡੇ ਮੂਹਰੇ ਇਹ ਮੈਂ ਸਕਰੀਨਸ਼ਾਟ ਕਦੀ ਸੋਚੇ ਨਹੀਂ ਸੀ ਮੈਂ ਕਦੀ ਪਾਊਂਗਾ ਪਰ ਅਕਤੂਬਰ ਦੇ ਵਿੱਚ ਨਾ ਤਕਰੀਬਨ 29-30 ਅਕਤੂਬਰ 2019 ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀ ਸਨੈਪਚੈਟ ਤੇ ਉਹ ਵੀਡੀਓ ਮੈਨੂੰ ਲੱਭੀ ਨਹੀਂ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਆਪਣੀ ਮੈਮਰੀ ਦੇ ਵਿੱਚ ਤੇ ਮੈਂ ਜਿਹਨੂੰ ਇਹ ਗੱਲ ਦੱਸਦਾ ਸੀਗਾ ਤੇ ਉਹ ਸਾਰੇ ਹੱਸਦੇ ਸੀ ਕਈ ਕਈ ਵਾਰੀ ਐਸੇ ਅਣਜਾਣ ਪੁਣੇ 'ਚ ਐਸੇ ਭੋਲੇਪਨ ਦੇ ਵਿੱਚ ਜਿਵੇਂ ਛੋਟਾ ਬੱਚਾ ਨਹੀਂ ਹੁੰਦਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਡੈਡੀ ਕਾਂਗਰਸੀ ਹੈ ਤੇ ਸਾਹਮਣੇ ਵਾਲਾ ਅਕਾਲੀ ਹੈ ਤੇ ਉਹ ਬੱਚਾ ਵਿਚਾਰਾ ਨਾ ਨਦਾਨ ਜਿਹਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਅੱਛਾ ਦੋ ਸਿੰਗਰ ਅਲੱਗ ਅਲੱਗ ਨੇ ਮੈਂ ਇਹਦਾ ਫੈਨ ਹਾਂ ਦੂਜਾ ਉਹਦਾ ਫੈਨ ਹੈ ਤੇ ਜਿਹੜਾ ਦੂਜੇ ਦਾ ਫੈਨ ਹੈ ਉਹ ਮੇਰਾ ਦੁਸ਼ਮਣ ਹੈ ਤੇ ਮੈਂ ਇਹਨਾਂ ਚੀਜ਼ਾਂ ਤੋਂ ਬਾਹਰ ਹਮੇਸ਼ਾ ਰਿਹਾ ਤੇ ਮੈਂ ਸਿੱਧੂ ਬਾਈ ਨੂੰ ਬੜਾ ਵੱਡਾ ਮੈਸੇਜ ਲਿਖਿਆ ਸੀਗਾ 2019 31 ਅਕਤੂਬਰ ਨੂੰ ਸਕਰੀਨਸ਼ਾਟ ਵੀ ਪਾਇਆ ਇਹਦੇ ਵਿੱਚ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਯਾਰ ਬਾਈ ਮਤਲਬ ਹਨਾ ਕਰਨ ਵੀਰਾ ਬੰਦਾ ਬਹੁਤ ਵਧੀਆ ਉਹਨਾਂ ਦੇ ਵੀ ਗਾਣੇ ਵਧੀਆ ਤੇ ਉਧਰੋਂ ਕਰਨ ਬਾਈ ਨੂੰ ਮੈਸੇਜ ਪਾਇਆ ਕਿ ਵੀਰੇ ਤੁਸੀਂ ਇੰਡੀਆ ਆਏ ਮਿਲਿਓ ਸਿੱਧੂ ਬਾਈ ਨਾਲ ਕਿਉਂ ਰੌਲਾ ਹੈ ਮਤਲਬ ਮੇਰੇ ਮਨ 'ਚ ਪਤਾ ਨਹੀਂ ਕੀ ਆਇਆ ਮੇਰੇ ਨਾ ਸਿੰਗਰ ਹਮੇਸ਼ਾ ਸਾਰੇ ਹੀ ਫੇਵਰੇਟ ਰਹੇ ਨੇ ਮਤਲਬ ਚਲੋ ਸਿੱਧੂ ਬਾਈ ਦਾ ਚਲੋ ਹੁਣ ਥੋੜ੍ਹਾ ਜਿਹਾ ਰਾਜਨੀਤੀ ਦੇ ਵਿੱਚ ਆਉਣ ਕਰਕੇ ਸੋਸ਼ਲ ਸਰਵਿਸ ਕਰਨ ਲੱਗ ਗਏ ਸੀਗੇ ਤਾਂ ਮੈਨੂੰ ਜ਼ਿਆਦਾ ਉਹ ਮਤਲਬ ਮਨ ਨੂੰ ਪਸੰਦ ਕਰ ਗਏ ਗਾਣੇ ਮੈਨੂੰ ਸਭ ਦੇ ਹੀ ਪਸੰਦ ਸੀ ਤੇ ਮੈਂ ਹਮੇਸ਼ਾ ਚਾਹੁੰਦਾ ਹੁੰਦਾ ਸੀਗਾ ਕਿ ਯਾਰ ਆਪਸ 'ਚ ਕਿਉਂ ਲੜਦੇ ਨੇ ਮਤਲਬ ਹਮੇਸ਼ਾ ਮੈਂ ਪੋਜ਼ਿਟਿਵਿਟੀ ਵੱਲ ਤੁਰਿਆ ਰਹਿੰਦਾ ਸੀਗਾ ਤੇ ਅੱਜ ਜਦੋਂ ਖਬਰਾਂ ਪੜੀਆਂ ਨਾ ਮਨ ਬੜਾ ਉਦਾਸ ਹੋਇਆ ਕਿ ਕਰਨ ਬਾਈ ਵੀ ਅੱਜ ਕਹਿ ਗਿਆ ਵੀਡੀਓ ਦੇ ਵਿੱਚ ਕਿ ਮੈਨੂੰ ਉਹ ਚੀਜ਼ਾਂ ਜਿਹੜੀਆਂ ਹੋਈਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਇੱਕ ਮਤਲਬ ਕਿਤੇ ਨਾ ਕਿਤੇ 0.1% ਰਿਗਰੈਟ ਹੁੰਦਾ ਸਾਨੂੰ ਚਲੋ ਸਿੱਧੂ ਬਾਈ ਤਾਂ ਹੁਣ ਆ ਨਹੀਂ ਸਕਦਾ ਤੇ ਮੈਨੂੰ ਇਹ ਵੀ ਗੱਲ ਦਾ ਪਤਾ ਹੈ ਕਿ ਸਿੱਧੂ ਬਾਈ ਦੇ ਜਾਣ ਤੋਂ ਪਹਿਲਾਂ ਕਰਨ ਬਾਈ ਦੀ ਤੇ ਸਿੱਧੂ ਬਾਈ ਦੀ ਗੱਲ ਹੋ ਗਈ ਸੀ ਕਿਉਂਕਿ ਮੈਂ ਜਦੋਂ ਅੰਕਲ ਆਂਟੀ ਨਾਲ ਬੈਠੇ ਸੀ ਉਦੋਂ ਗੱਲ ਹੋਈ ਸੀ ਕਿਤੇ ਤੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਕਿ ਕਿਉਂ ਮਤਲਬ 4 ਦਿਨ ਦੀ ਜ਼ਿੰਦਗੀ ਦੇ ਵਿੱਚ ਆਪਾਂ ਕਿਉਂ ਸਾਰੇ ਇੰਨਾ ਲੜਦੇ ਹਾਂ ਕਿਉਂ ਮਤਲਬ ਇੰਨੀ ਈਰਖਾ ਅੰਦਰ ਇੰਨਾ ਜੈਲਸ ਰੱਖਦੇ ਹਾਂ ਹਾਲਾਂਕਿ ਜਿਹੜੇ ਇਨਸਾਨ ਨੂੰ ਅਸੀਂ ਕਦੀ ਮਿਲੇ ਵੀ ਨਹੀਂ ਉਹਨਾਂ ਨੂੰ ਵੀ ਅਸੀਂ ਜੱਜ ਕਰਦੇ ਹਾਂ ਕਿ ਇਹ ਬੰਦਾ ਜੀਰੋ ਹੈ ਇਹ ਬੰਦਾ ਹੀਰੋ ਹੈ ਪਤਾ ਨਹੀਂ ਇਨਸਾਨ ਦੀ ਫਿਤਰਤ ਇੱਦਾਂ ਕਿਉਂ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਦੇਖੋ ਸਿੱਧੂ ਬਾਈ ਨੇ ਤਾਂ ਵਾਪਸ ਨਹੀਂ ਆਉਣਾ ਹਨਾ ਤੇ ਮੈਨੂੰ ਬੜਾ ਵਧੀਆ ਲੱਗਿਆ ਕਿ ਕਰਨ ਬਾਈ ਦੀ ਵੀ ਉਹਨਾਂ ਦੇ ਘਰੇ ਗੱਲ ਹੁੰਦੀ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਬਹੁਤ ਵਾਇਰਲ ਹੋਈਆਂ ਸੀਗੀਆਂ ਕਿ ਕਰਨ ਔਜਲਾ ਬਾਈ ਹੀ ਹੁਣ ਇਹਨਾਂ ਦਾ ਬੇਟਾ ਹੈ ਕਿੰਨੀ ਸੋਹਣੀ ਹੋ ਜਾਵੇ ਦੁਨੀਆ 'ਚ ਸਾਰੀ ਇੱਦਾਂ ਪਹਿਲਾਂ ਸਮਝ ਜਾਣ ਇੰਨਾ ਟਾਈਮ ਖਰਾਬ ਕਰਕੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲ ਕੇ ਇੰਨੀ ਹੇਟ ਫੈਲਾ ਕੇ ਤੁਸੀਂ ਦੇਖੋ ਰਾਜਨੀਤੀ ਪਾਰਟੀਆਂ 'ਚ ਵੀ ਲੋਕ ਮਤਲਬ ਉਹਨਾਂ ਦੇ ਪੁਰਖੇ ਜਿਹੜੇ ਅਲੱਗ ਅਲੱਗ ਪਾਰਟੀਆਂ ਤੋਂ ਹੁੰਦੇ ਨੇ ਥੱਲੇ ਉਹੀ ਦੁਸ਼ਮਣੀਆਂ ਚੱਲਦੀਆਂ ਆ ਰਹੀਆਂ ਤੇ ਮੇਰਾ ਗੱਲ ਸ਼ੇਅਰ ਕਰਨ ਦਾ ਵੈਸੇ ਹੀ ਮਨ ਸੀਗਾ ਸੋਸ਼ਲ ਮੀਡੀਆ 'ਤੇ ਕਿ ਆ ਦੋਨਾਂ ਨੂੰ ਮਤਲਬ ਮੈਂ ਜਾਣੇ ਅਣਜਾਣੇ 'ਚ ਮੈਂ ਸਿੱਧੂ ਬਾਈ ਨੂੰ ਇੰਨਾ ਵੱਡਾ ਚੈਪਟਰ ਲਿਖਤਾ ਸੀ ਕਿ ਬਾਈ ਨਾ ਲੜਿਆ ਕਰੋ ਮੇਰੇ ਮਨ 'ਚ ਸੀਗਾ ਕਿ ਦੋਨੋਂ ਇਕੱਠੇ ਰਹਿਣ ਹਨਾ ਮਤਲਬ ਪੁਰਾਣੀਆਂ ਗੱਲਾਂ 2018-19-20 ਦੇ ਵਿੱਚ ਮੈਂ ਬੜੀਆਂ ਫੋਟੋਆਂ ਦੋਨਾਂ 'ਤੇ ਮੈਂ ਗਾਣੇ ਬਹੁਤ ਸੁਣਦਾ ਸੀ ਅਤੇ ਖੈਰ ਚਲੋ ਸਿੱਧੂ ਬਾਈ ਚਲਾ ਗਿਆ ਹੁਣ ਮੈਂ ਅੱਗੇ ਬੇਨਤੀ ਕਰਨਾ ਚਾਹੁੰਦਾ ਯੂਥ ਨੂੰ ਜਿਹੜੀ ਇੱਕ ਦੂਜੇ ਦੇ ਚੱਕਰ 'ਚ ਲੜਦੀ ਹੈ ਸਾਰੇ ਇਕੱਠੇ ਹੋ ਕੇ ਰਹੋ ਟਾਈਮ ਦਾ ਕੁਛ ਨਹੀਂ ਪਤਾ ਰਿਗਰੈਟ ਬਹੁਤ ਮਾੜਾ ਜਦੋਂ ਬਾਅਦ 'ਚ ਬੰਦੇ ਨੂੰ ਜ਼ਿੰਦਗੀ 'ਚ ਸਭ ਤੋਂ ਵੱਡਾ ਬਦਲਾ ਹੀ ਰਿਗਰੈਟ ਹੈ ਜਿਹੜਾ ਬੰਦੇ ਨੂੰ ਕੋਈ ਕਿੱਡੀ ਵੱਡੀ ਚੀਜ਼ ਨਹੀਂ ਮਾਰਦੀ ਰਿਗਰੈਟ ਮਾਰਦਾ ਕਿ ਕਾਸ਼ ਉਹ ਕਹਿੰਦੇ ਨੇ ਕਿ ਦੁਸ਼ਮਣ ਮਰੇ ਤੇ ਮਾਨ ਨਾ ਕਰੇ ਕਿ ਦਿਨ ਸਜਣਾ ਵੀ ਤੁਰ ਜਾਣਾ ਕੁਛ ਨਹੀਂ ਪਿਆ ਤੇ ਦੁਸ਼ਮਣੀਆਂ 'ਚ ਦੁਸ਼ਮਣ ਦੀ ਵੀ ਖੈਰ ਮੰਗਿਆ ਚਲੋ ਕਿ ਪਰਮਾਤਮਾ ਇਹਦੇ ਵੀ ਘਰ ਖੁਸ਼ੀਆਂ ਰੱਖ ਉਹ ਕਾਹਦਾ ਬੰਦਾ ਜਿਹੜਾ ਹਮੇਸ਼ਾ ਆਪਣੇ ਦੁਸ਼ਮਣ ਦੀ ਮੌਤ ਹੀ ਮੰਗੇ ਆ ਉਹਦਾ ਬੇੜਾ ਗਰਕੀ ਮੰਗੇ ਨਾ ਸਭ ਦੀ ਖੈਰ ਮੰਗੋ ਸਰਬੱਤ ਦਾ ਭਲਾ ਮੰਗੋ ਹਰ ਕਿਸੇ ਨੇ ਆਪਣੀ ਕਿਸਮਤ ਦਾ ਖਾਣਾ ਆਪਣੀ ਮਿਹਨਤ ਦਾ ਖਾਣਾ ਜਿੰਨਾ ਹੋ ਸਕੇ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਫੈਲਾਓ ਸਾਰੇ ਹੀ ਘੈਂਟ ਨੇ ਪਰਮਾਤਮਾ ਨੇ ਸਭ ਨੂੰ ਤਰੱਕੀ ਦਿੱਤੀ ਹੈ ਜਿਹਦੇ ਗਾਣੇ ਚੱਲਦੇ ਨੇ ਜਿਹੜਾ ਬੰਦਾ ਚੱਲਦਾ ਜਿਹਨੂੰ ਲੋਕ ਸੁਣਦੇ ਨੇ ਉਹ ਸਾਰਿਆਂ ਦੇ ਚੰਗੇ ਕਰਮ ਨੇ ਆਪਣੇ ਰਿਸਪੋਂਸੀਬਿਲਿਟੀ ਸਮਝੋ ਆਪਣੇ ਐਥਿਕਸ ਸਮਝੋ ਸਮਾਜ ਪ੍ਰਤੀ ਅਤੇ ਮੈਂ 2019 ਦੇ ਵਿੱਚ ਨਾ ਅਕਤੂਬਰ ਦੇ ਵਿੱਚ ਵੀਡੀਓ ਪਾਈ ਸੀਗੀ ਜਿਹਦੇ 'ਚ ਮੈਂ ਕਿਹਾ ਸੀ ਇੱਦਾਂ ਹੀ ਪਾਈ ਸੀ ਮਤਲਬ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਕਿ ਕਰਨ ਬਾਈ ਅਤੇ ਸਿੱਧੂ ਬਾਈ ਦੋਨੋਂ ਹੀ ਹੀਰੇ ਬੰਦੇ ਨੇ ਉਹਨੂੰ ਆਪਸ ਲੜਨਾ ਨਹੀਂ ਚਾਹੀਦਾ ਦੋਨੋਂ ਹੀ ਭਰਾ ਅਣਜਾਣ ਪੁਣਾ ਸੀ ਨਾ ਪਰ ਚਲੋ ਅੱਜ ਵੀ ਮੈਂ ਉਵੇਂ ਦਾ ਹੀ ਹਾਂ ਅੱਜ ਵੀ ਮੇਰੀ ਵੀ ਕਿਸੇ ਨਾਲ ਕੋਈ ਲਾਗਡਾੜ ਹੁੰਦੀ ਹੈ ਮੈਂ ਕੋਈ ਦੁਸ਼ਮਣੀ ਪੁਗਾਉਣ ਤੱਕ ਨਹੀਂ ਜਾਂਦਾ ਕਿ ਮੈਂ ਮਾਰਦਾਂਗਾ ਜਾਂ ਮੈਂ ਦੁਆ ਕਰਾਂਗਾ ਕਿ ਰੱਬਾ ਨੂੰ ਖਤਮ ਕਰ ਦੇਣਾ ਮੈਂ ਕਹਿੰਦਾ ਰੱਬਾ ਠੀਕ ਹੈ ਜੇ ਮੇਰੀ ਗਲਤੀ ਹੈ ਮੈਨੂੰ ਸਿਖਾ ਦੀ ਉਹਦੀ ਗਲਤੀ ਉਹਨੂੰ ਅਹਿਸਾਸ ਕਰਾ ਦੀ ਮਤਲਬ ਅਹਿਸਾਸ ਰਿਗਰੈਟ ਹੀ ਸਭ ਤੋਂ ਵੱਡੀ ਚੀਜ਼ ਹੈ ਅਤੇ ਸੋਚਿਆ ਨਹੀਂ ਸੀਗਾ ਕਦੀ ਕਿ ਇੱਦਾਂ ਵਾ ਸਮਾਜ ਵੀ ਸਿਰਜੇਗਾ ਨਾ ਪਰ ਚਲੋ ਅਗਲੀ ਪੀੜ੍ਹੀ ਨੂੰ ਕਰਨ ਬਾਈ ਨੇ ਵੀ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕੁਛ ਨਾ ਕਰੋ ਇਹਦਾ ਐਂਡ ਰਿਗਰੈਟ ਹੈ ਹਨਾ ਜਿਵੇਂ ਰਿਗਰੈਟ ਅੱਜ ਦੁਨੀਆ ਨੂੰ ਹੈ ਜਿਹਨਾਂ ਲਈ ਕਿਸੇ ਨਾਲ ਨਹੀਂ ਬਣਦੀ ਆ ਉਹ ਚਲੇ ਗਏ ਦੁਨੀਆ 'ਚੋਂ ਇਹ ਚੀਜ਼ਾਂ ਬਹਿ ਕੇ ਸਮਝਣ ਵਾਲੀਆਂ ਬਹੁਤ ਹੀਰਾ ਬੰਦਾ ਹੈ ਕਰਮ ਬਾਈ ਸਿੱਧੂ ਬਾਈ ਸਾਰੇ ਹੀਰੇ ਨੇ ਦੁਨੀਆ 'ਚ ਜਿੰਨੇ ਵੀ ਹੈਗੇ ਨੇ
ਸਭ ਨੂੰ ਪਿਆਰ ਕਰੋ, ਮੁਹੱਬਤ ਕਰੋ, ਔਰ ਈਰਖਾ, ਐਟੀਟਿਊਡ, ਜਲਸੀਆਂ ਨਾ ਰੱਖੋ। ਇਹ ਰਿਗਰੈਟ ਹੋਣਗੀਆਂ ਕੱਲ੍ਹ। ਬੜੀ ਵੱਡੀ ਇਗਜ਼ਾਮਪਲ ਹੈ ਤੁਹਾਡੇ ਮੂਹਰੇ ਨਾ। ਹੋ ਸਕੇ ਜਿੰਦੇ ਜੀ ਜਿੰਨਿਆਂ ਨਾਲ ਗੱਲਬਾਤ ਹੈਗੀ ਵੀ ਫੋਨ ਕਰਕੇ ਪਗਾ ਲਓ, ਫੋਨ ਕਰਕੇ ਗੱਲ ਕਰ ਲਓ ਵੀ ਠੀਕ ਹੈ ਯਾਰ ਤੇਰੀ ਆਹ ਗੱਲ ਨਹੀਂ ਪਸੰਦ। ਕਿਸੇ ਨੂੰ ਕੋਈ ਤੁਹਾਨੂੰ ਨਹੀਂ ਪਸੰਦ ਉਹਦੀ ਗੱਲ ਹੀ ਨਾ ਕਰੋ। ਕਿਉਂ ਵਾਰ ਵਾਰ ਉਹਨੂੰ ਛੇੜਨਾ ਕਰਨਾ,